ਸੋ ਇੱਕ ਵਾਰ ਤੁਹਾਡੀਆਂ ਜ਼ੋਰਦਾਰ ਤਾਲੀਆਂ ਹੋ ਜਾਣ ਜੀ। ਗਰੀਮਾ ਲੱਗੀ ਲੋ ਸਵੇਰਾ ਹੋਇਆ, ਰੋਸ਼ਨ ਚਾਰ ਚੁਫੇਰਾ ਹੋਇਆ, ਪੁੱਤਰਾਂ ਨੂੰ ਪਈ ਮਾਂ ਜਗਾਵੇ, ਮਿੱਠੇ ਮਿੱਠੇ ਗੀਤ ਸੁਣਾਵੇ। ਸਤਿ ਸ਼੍ਰੀ ਅਕਾਲ। ਪੇਸ਼ ਹੈ ਪਿਆਰਾ ਸਿੰਘ ਆਜ਼ਾਦ ਜੀ ਦੀ ਕਵਿਤਾ ਮੰਗਤੀ। ਇੱਕ ਟੱਠੇ ਜਿਹੇ ਟਾਰੇ ਵਿੱਚੋਂ, ਕੱਖ ਕਾਨਿਆਂ ਦੇ ਗੁਆਰੇ ਵਿੱਚੋਂ, ਚੱਲ ਪਈ ਮੁਟਿਆਰ ਇਕੱਲੀ, ਪੈਸਾ ਪੈਸਾ ਮੰਗਣ ਚੱਲੀ। ਹੈ ਉਹ ਲੀਰਾਂ ਵਿੱਚ ਲਪੇਟੀ, ਉਂਜ ਜਾਪਿਓ ਹੀਰ ਸਲੇਟੀ, ਬਿਜਲੀ ਉਸਦੇ ਕੇਸਾਂ ਅੰਦਰ, ਮੰਗ ਰਹੀ ਪਰਦੇਸਾਂ ਅੰਦਰ, ਸੇਠ ਜੀ ਇੱਕ ਦੇਣਾ ਪੈਸਾ। ਸੇਠ ਆਖਦਾ ਪੈਸਾ ਕੈਸਾ, ਇਹ ਕੋਈ ਟਕਸਾਲ ਨਹੀਂ ਹੈ, ਖੋ ਕੇ ਲਿਆਂਦਾ ਮਾਲ ਨਹੀਂ ਹੈ। ਇਹ ਸੁਣੋ ਡਾਡਾ ਰੋਈ, ਹੱਥ ਮਲਦੀ ਤੁਰਦੀ ਹੋਈ, ਇੱਕ ਪੈਸਾ ਦੇ ਦੇ ਸਰਦਾਰਾ, ਜੱਗ ਤੇ ਚਮਕੂ ਤੇਰਾ ਤਾਰਾ। ਇਹ ਸੁਣ ਸਰਦਾਰ ਬੋਲਿਆ, ਐਦਾਂ ਉਸਨੇ ਮੂੰਹ ਖੋਲਿਆ, ਜੋ ਬਣ ਜਾ ਜਵਾਨੀ ਵੇਚੋ, ਆਪਣੀ ਕੋਈ ਨਿਸ਼ਾਨੀ ਵੇਚੋ। ਇਹ ਸੁਣ ਉਹ ਡਾਡਾ ਰੋਈ, ਪਰੇ ਚੌਂਕ ਦੇ ਵਿੱਚ ਖਲੋਈ, ਤੱਕਣ ਉਸਨੂੰ ਨੈਣਾ ਵਾਲੇ, ਤੱਕਣ ਧੀਆਂ ਭੈਣਾਂ ਵਾਲੇ, ਲੋਕੀ ਉਸਨੂੰ ਤਾਰ ਰਹੇ ਨੇ, ਹੱਥਾਂ ਉੱਪਰ ਚਾੜ ਰਹੇ ਨੇ। ਮੈਂ ਨਾਰੀ ਹਾਂ ਭਾਰਤੀ ਨਾਰੀ, ਇਹਨਾਂ ਨੇ ਨੀ ਗੱਲ ਵਿਚਾਰੀ, ਮੈਂ ਹਾਂ ਅੱਠਾਂ ਵਾਹਵਾਂ ਵਾਲੀ, ਮੈਂ ਹਾਂ ਭੈਣ ਭਰਾਵਾਂ ਵਾਲੀ, ਮੈਂ ਸ਼ਿਵਾ ਪ੍ਰਤਾਪ ਨੂੰ ਜੰਮਿਆ, ਇਹ ਜਨਤਾ ਦੇ ਬਾਪ ਨੂੰ ਜੰਮਿਆ, ਇਹ ਹਿੰਸੀ ਬੰਦੇ ਖਾ ਜਾਣਗੇ, ਮੂੰਹ ਵਿੱਚ ਮੈਨੂੰ ਪਾ ਜਾਣਗੇ। ਇੱਦਾਂ ਗੱਲਾਂ ਕਰਦੀ ਕਰਦੀ, ਹਾਂ ਕੇ ਹਾਵੇ ਭਰਦੀ ਭਰਦੀ, ਚੱਲ ਪਈ ਬਾਜ਼ਾਰ ਦੇ ਵਿੱਚੋਂ, ਤੁਰ ਚੱਲੀ ਸੰਸਾਰ ਦੇ ਵਿੱਚੋਂ, ਟਿੱਡੋ ਭੁੱਖੀ ਗੁੱਸਾ ਖਾ ਗਈ, ਜਾ ਕੇ ਗੱਡੀ ਥੱਲੇ ਆ ਗਈ। ਦੱਸੋ ਦੇਸ਼ ਦੇ ਪਹਿਰੇਦਾਰੋ, ਦੱਸੋ ਧਰਮ ਦੇ ਠੇਕੇਦਾਰੋ, ਭਾਰਤ ਦੀ ਆਜ਼ਾਦ ਜਨਾਨੀ, ਜਿਸ ਦੀ ਸੀਮਤ ਹੋਸ਼ ਜਵਾਨੀ, ਖੇਡ ਗਈ ਹੈ ਜਾਨ ਦੇ ਉੱਤੋਂ, ਲਾਨਤ ਇਸ ਜਹਾਨ ਦੇ ਉੱਤੋਂ, ਲਾਨਤ ਇਸ ਸਮਾਜ ਦੇ ਉੱਤੋਂ, ਲਾਨਤ ਇਸ ਸਮਾਜ ਦੇ ਉੱਤੋਂ। ਧੰਨਵਾਦ।